ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਆਪਣੀ ਹਾਰ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਆਪਣੇ ਪੈਰ ਖਿੱਚ ਲਏ ਹਨ, ਕਿਉਂਕਿ ਜੇਕਰ ਉਹ ਚੋਣਾਂ ਹਾਰਦਾ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪੈਣਾ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਬਾਦਲ ਪਰਿਵਾਰ ਤੋਂ ਜਾਨ ਛੁਡਾਉਣਾ ਚਾਹੁੰਦੇ ਹਨ। ਇਹ 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 ਦੁਚਿੱਤੀ 'ਚ ਨੇ, ਇਹ ਬੀਜੇਪੀ ਨਾਲ ਪੰਗਾ ਨਹੀਂ ਲੈ ਸਕਦੇ। ਉਦੋਂ ਆਖਦੇ ਜੀ ਅਸੀਂ CA ਕਰਕੇ ਵਿਦਰੋਅ ਕੀਤੀ, ਅਸੀਂ ਨਹੀਂ ਲੜਨੀ ਆ, ਲੇਕਿਨ 3 ਮੈਂਬਰੀ ਕਮੇਟੀ ਸਰ ਸੁਖਬੀਰ ਸਿੰਘ ਬਾਦਲ ਨੇ 3 MPs ਦੀ, ਚੰਦੂ ਮਾਜਰਾ ਜੀ ਫਾਰਮਰ MP ਅਤੇ 2 ਰਾਜ ਸਭਾ ਦੇ ਸਿਟਿੰਗ MP ਨਰੇਸ਼ ਗੁਜਰਾਲ ਜੀ ਅਤੇ ਭੁੰਦੜ ਸਾਹਿਬ, ਇਹ ਕਾਹਦੇ ਲਈ ਬਣਾਈ ਸੀ? ਤੁਸੀਂ 17 ਬੰਦਿਆਂ ਦੀ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਭੇਜੀ, ਉਹ ਕਾਹਦੇ ਲਈ ਭੇਜੀ ਸੀਗੀ ਸਟਾਰ ਪ੍ਰਚਾਰਕਾਂ ਦੀ? ਤੁਸੀਂ ਜਿਸ ਦਿਨ ਸੀਟਾਂ ਤੁਹਾਨੂੰ ਮਨ੍ਹਾ ਹੋਈਆਂ, ਉਦੋਂ ਭੁੰਦੜ ਸਾਹਿਬ ਕਹਿੰਦੇ ਅਸੀਂ ਦਿੱਲੀ 'ਚ 8 ਸੀਟਾਂ ਤੱਕਣੀ 'ਤੇ ਲੜਾਂਗੇ, ਫਿਰ ਲੜੀਆਂ ਕਿਉਂ ਨਹੀਂ? ਕਿਉਂਕਿ ਪਤਾ ਕਿ ਜੇ ਲੜੇ ਤਾਂ ਬੀਬਾ ਨੂੰ ਵੀ ਅਸਤੀਫਾ ਦੇਣਾ ਪੈ ਜਾਣਾ, ਉਹ ਅਸਤੀਫਾ ਨਹੀਂ ਚਾਹੀਦਾ। ਬੀਬਾ ਦੀ ਸਾਨੂੰ ਮਨਿਸਟਰੀ ਚਾਹੀਦੀ ਹੈ, ਭਾਵੇਂ ਕੌਮ ਸਾਰੀ ਗੋਡੇ ਲਵਾ ਦਈਏ ਅਸੀਂ ਸਰਕਾਰਾਂ ਦੇ। ਮੈਂ ਸਮਝਦਾ ਵਾਂ ਡਰਦੇ ਨੇ, ED ਦੇ ਕੇਸਿਸ ਨੇ, ਅਤੇ ਬਹੁਤ ਵੱਡਾ ਨੁਕਸਾਨ ਪੰਥ ਦਾ ਇਸ ਪਰਿਵਾਰ ਨੇ ਕੀਤਾ। ਹੁਣ ਸੰਗਤ ਇਸ ਪਰਿਵਾਰ ਨੂੰ ਘਰ ਬਿਠਾਊਗੀ, ਹੋਰ ਕੋਈ ਰਸਤਾ ਨਹੀਂ। ਸਪਸ਼ਟ ਨਹੀਂ ਕਰਨਗੇ, ਕਿਉਂਕਿ ਇਹਨਾਂ ਨੇ ਸਾਰੀ ਕੌਮ ਨੂੰ ਹਮੇਸ਼ਾ ਇੱਕ ਮਿਨਿਸਟਰੀ ਪਿੱਛੇ ਵੇਚਿਆ। ਜੇ ਅੱਜ ਇਹ ਵਜ਼ੀਰੀ ਛੋੜ ਕੇ ਘਰ ਬਹਿ ਜਾਂਦੇ ਨੇ ਤਾਂ ਮੋਦੀ ਸਾਹਿਬ ਇਹਨਾਂ ਨੂੰ ਘਰ ਪੁੱਛਣ ਆਉਂਦੇ ਕਿ ਬਾਦਲ ਸਾਹਿਬ ਦੱਸੋ ਕੀ ਵਜ੍ਹਾ ਹੋ ਗਈ, ਕੀ ਨਾਰਾਜ਼ਗੀ ਹੋ ਗਈ। ਉਹਨਾਂ ਨੂੰ ਪਤਾ ਕਿ ਇਹਨਾਂ ਦੇ ਆਪਣੇ ਕੰਮ ਨੇ, ਕਦੀ ਪਲਾਟ ਚਾਹੀਦਾ, ਕਦੀ ਹੋਟਲ ਦਾ ਪਲਾਟ ਚਾਹੀਦਾ, ਕਦੀ ਠੇਕੇ ਚਾਹੀਦੇ, ਕਦੀ ਕੇਸ ਆਪਣੇ 'ਤੇ ਬੰਦ ਕਰਾਉਣੇ ਆ। ਸੋ ਇਹਨਾਂ ਦਾ ਪਰਸਨਲ ਏਜੰਡਾ, ਇਸ ਕਰਕੇ ਮੋਦੀ ਸਾਹਿਬ ਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ, ਕਿਉਂਕਿ ਇਹਨਾਂ ਦੇ ਪਿੱਛੇ ਹੁਣ ਸੰਗਤ ਨਹੀਂ ਗੀ। ਮੈਂ ਇਹ ਸਮਝਦਾ ਵਾਂ ਕਿ ਇਹ ਟਕਸਾਲੀ ਅਕਾਲੀ ਜਾਂ ਜਿਹੜੇ ਹੋਰ ਦਲ ਨੇ ਉਹ ਇਕੱਠੇ ਹੋ ਰਹੇ ਨੇ। ਇੱਕੋ ਏਮ ਰੱਖਣਾ ਚਾਹੀਦਾ ਕਿ SGPC 'ਚੋਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਅਕਾਲ ਤਖ਼ਤ ਸਾਹਿਬ ਦਾ ਗਲਵੱਕੜੀ ਇਹਨਾਂ ਦੇ ਵਿੱਚੋਂ ਛੁਡਾਈ ਜਾਵੇ। ਜੇ ਆਪੋ 'ਚ ਇਹਨਾਂ ਦੇ ਫਿਰ ਵੈਰ ਰਹੇ ਅਤੇ ਜਿੰਨੀ ਵੱਡੀ ਤਾਕਤ ਅਤੇ ਬਾਦਲ ਪਰਿਵਾਰ ਕੋਲ ਪੈਸੇ ਦੀ ਔਰ ਮਸਲ ਪਾਵਰ ਆ, ਇਹਨੂੰ ਹਰਾਉਣਾ ਕੋਈ ਸੌਖਾ ਨਹੀਂ ਹੋਏਗਾ। ਇਹਦੇ ਉੱਤੇ ਇੱਕ ਜਿਵੇਂ ਅਰਜੁਨ ਨੇ ਮੱਛੀ ਦੀ ਅੱਖ 'ਤੇ ਤੀਰ ਦਾ ਨਿਸ਼ਾਨਾ ਰੱਖਿਆ ਸੀਗਾ, ਇਹ ਨਿਸ਼ਾਨਾ ਰੱਖ ਕੇ ਚੱਲਣਾ ਪਊਗਾ। ਅਸੀਂ ਅਕਾਲੀ ਦਲ ਵਾਸਤੇ ਜਾਨ ਦੇਣ ਨੂੰ ਤਿਆਰ ਹਾਂ। ਲੋਕ ਅਕਾਲੀ ਦਲ ਤੋਂ ਦੁਖੀ ਨਹੀਂ ਨੇ, ਬਾਦਲ ਪਰਿਵਾਰ ਤੋਂ ਜਾਨ ਛੁਡਾਉਣਾ ਚਾਹੁੰਦੇ ਆ।